ਦੇ ਭੂਮੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰਜੇ। ਇਸ ਮੌਕੇ ਉਹਨਾਂ ਅਧਿਆਪਕ ਅਤੇ ਮਾਪਿਆਂ ਨਾਲ ਸਿੱਖਿਆ ਸੰਵਾਦ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਹਿਮਾਚਲ ਦੇ ਭੂਮੀ ਹੈ ਅਤੇ ਆਦਿ ਕਾਲ ਤੋਂ ਇਸ ਭੂਮੀ ਦਾ ਸਤਿਕਾਰ ਹੁੰਦਾ ਆਇਆ। ਉਹਨਾਂ ਅੱਗੇ ਕਿਹਾ ਕਿ ਜੋ ਕੰਮ ਦਿੱਲੀ 'ਚ ਹੋਏ ਉਹਨਾਂ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਅਤੇ ਹੁਣ ਜੋ ਕੰਮ ਦਿੱਲੀ ਅਤੇ ਪੰਜਾਬ ਮਿਲ ਕੇ ਕਰਨਗੇ ਉਸਦਾ ਅਸਰ ਪੂਰੇ ਦੇਸ਼ ਉੱਤੇ ਦੇਖਣ ਨੂੰ ਮਿਲੇਗਾ। ਭਗਵੰਤ ਮਾਨ ਨੇ ਆਪਣੇ ਲਹਿਜੇ ਵਿੱਚ ਬੋਲਦੇ ਹੋਏ ਕਿਹਾ ਕਿ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਇੱਕ ਚਮਚਾ ਹੀ ਕਾਫੀ ਹੁੰਦਾ ਹੈ। ਦਿੱਲੀ ਨੇ ਸਾਨੂੰ ਇੱਕ ਚਮਚਾ ਜਾਗ ਦਿੱਤਾ ਸੀ ਅਤੇ ਪੰਜਾਬੀਆਂ ਨੇ ਇਮਾਨਦਾਰੀ ਦਾ ਦਹੀਂ ਜਮਾ ਦਿੱਤਾ। ਹੁਣ ਦਿੱਲੀ ਅਤੇ ਪੰਜਾਬ ਮਿਲ ਕੇ ਹਿਮਾਚਲ ਵਾਸੀਆਂ ਨੂੰ ਦੋ ਜਾਗ ਚਮਚੇ ਦੇਣਗੇ ਅਤੇ ਹਿਮਾਚਲ ਵਾਸੀ ਇਮਾਨਦਾਰੀ ਦਾ ਦਹੀਂ ਜਮਾਉਣਗੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਾਸੀਆਂ ਨੇ ਇਮਾਨਦਾਰ ਸਰਕਾਰਾਂ ਚੁਣੀਆਂ ਹਨ ਅਤੇ ਹੁਣ ਵਾਰੀ ਹਿਮਾਚਲ ਵਾਸੀਆਂ ਦੀ ਹੈ ਕਿਉਂਕਿ ਤੁਸੀਂ 75 ਸਾਲ ਲੇਟ ਹੋ ਚੁੱਕੇ ਹੋ। ਅੰਗਰੇਜ਼ਾਂ ਨੇ ਸਾਨੂੰ 200 ਸਾਲ ਦੀ ਇਕੱਠੀ ਗੁਲਾਮੀ ਦਿੱਤੀ ਪਰੰਤੂ ਭਾਜਪਾ ਅਤੇ ਕਾਂਗਰਸ ਵਾਲਿਆਂ ਨੇ ਸਾਨੂੰ 5-5 ਸਾਲ ਕਰਕੇ ਕਿਸ਼ਤਾਂ ਵਿੱਚ ਗੁਲਾਮੀ ਦਿੱਤੀ ਹੈ। ਇਸ ਗੁਲਾਮੀ ਨੂੰ ਖਤਮ ਕਰਨ ਲਈ ਤੁਸੀਂ ਇਸ ਵਾਰ ਹਿਮਾਚਲ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤਾਂ ਜੋ ਹਿਮਾਚਲ ਪ੍ਰਦੇਸ਼ ਨੂੰ ਹੋਰ ਖੁਸ਼ਹਾਲ ਬਣਾਇਆ ਜਾ ਸਕੇ। ਬਿਊਰੋ ਰਿਪੋਰਟ, ਪ੍ਰਵਾਸੀ ਟੀਵੀ। Please subscribe Pravasi TV and press the bell icon.